ਯਾਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਪਾਠ ਨੰਬਰ 18 ਬਾਰੇ ਐਂਗਲੋ ਸਿੱਖ ਜੁੱਧ ਸੰਨ 1800 ਤੋਂ 1839 1800 ਤੋਂ 1829 ਤੱਕ ਦਾ ਦਸਮਾ ਪੰਜਾਬ ਤੇ ਦੀ ਇਤਿਹਾਸ ਦਾ ਬਲក្ខਣ ਸਮਾਂ ਰਿਹਾ ਹੈ ਜਿਸ ਵਿੱਚ ਅਜਿੱਤ ਸਮਝੇ ਜਾਣ ਵਾਲੇ ਅੰਗਰੇਜ਼ਾਂ ਦਾ ਵਾਹ ਪੰਜਾਬ ਦੇ ਬਹਾਦਰ ਸਿੱਖਾਂ ਨਾਲ ਪਿਆ ਵੱਖ-ਵੱਖ ਸਮਿਆਂ ਵਿੱਚ ਅੰਗਰੇਜ਼ਾਂ ਤੇ ਸਿੱਖ ਸੰਧਾ ਵਿੱਚ ਕਾਫੀ ਉਤਰਾ ਕੜਾ ਆਉਂਦੇ ਰਿਹਾ ਆਉਂਦਾ ਰਿਹਾ ਮੁੱਖ ਤੌਰ ਤੇ ਇਸ ਸਮੇਂ ਦੋ ਇਸ ਦੀ ਸਮੇਂ ਦੀ ਦੋ ਪੜਾਵਾਂ ਵਿੱਚ ਨਾਜ਼ਰਸਾਨੀ ਕੀਤੀ ਜਾ ਸਕਦੀ ਹੈ ਪਹਿਲਾ ਪੜਾ 1800 ਤੋਂ 1800 9 ਈ ਅੰਗਰੇਜ਼ ਅੰਗਰੇਜ਼ਾਂ ਦਾ ਮਿਸ਼ਨ ਜੂਸ ਅਲੀ ਮਹਾਰਾਜਾ ਰਣਜੀਤ ਸਿੰਘ ਅਤੇ ਅਫਗਾਨ ਸਾਸਤ ਸਾਜਮਾਨ ਦੀ ਦੋਸਤੀ ਅੰਗਰੇਜ਼ਾਂ ਨੂੰ ਖਤਰਾ ਜਾਪੀ ਤੇ 1800 ਈਸਵੀ ਵਿੱਚ ਅੰਗਰੇਜ਼ਾਂ ਨੇ ਜੂਸਫ ਅਲੀ ਨੂੰ ਮਹਾਰਾਜਾ ਰਣਜੀਤ ਸਿੰਘ ਕੋਲ ਭੇਜਿਆ ਇਹ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਚਾਲੇ ਪਹਿਲਾ ਸੰਪਰਕ ਸੀ ਜਸਵੰਤ ਰਾਓ ਹੌਲਕਰ 1805 ਇਸਵੀ ਵਿੱਚ ਅੰਗਰੇਜ਼ਾਂ ਤੋਂ ਹਾਰ ਕੇ ਮਰਾਠਾ ਸਰਦਾਰ ਜਸਵੰਤ ਰਾਓ ਹੋਲਕਰ ਮਹਾਰਾਜਾ ਰਣਜੀਤ ਸਿੰਘ ਕੋਲ ਸਹਾਇਤਾ ਲਈ ਅੰਮ੍ਰਿਤਸਰ ਪਹੁੰਚਿਆ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੀ ਕੋਈ ਸਹਾਇਤਾ ਨਾ ਕੀਤੀ ਪੰਨਾ 33 1806 ਇਸਵੀ ਦੀ ਲਾਹੌਰ ਸੰਧੀ ਅੰਗਰੇਜ਼ ਇਸ ਗੱਲ ਤੋਂ ਮਹਾਰਾਜਾ ਰਣਜੀਤ ਸਿੰਘ ਤੋਂ ਖੋਸਨ ਕੇ ਉਸਨੇ ਮਰਾਠਾ ਸਰਦਾਰ ਜਸਵੰਤ Rao Holkar ਦੀ ਅੰਗਰੇਜ਼ਾਂ ਅਵਿਰਧ ਕੋਈ ਸਹਾਇਤਾ ਨਹੀਂ ਕੀਤੀ ਜਿਸ ਤਹਿਤ 1806 ਈਸਵੀ ਵਿੱਚ ਲਾਹੌਰ ਦੀ ਸੰਧੀ ਹੋਈ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ਾਂ ਦੇ ਦੁਸ਼ਮਣਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਅਤੇ ਇਸ ਤਰ੍ਹਾਂ ਕਰਨ ਤੇ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਨਗੇ ਇਸੇ ਕਰਕੇ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਭਾਗ ਨੂੰ ਅੰਗਰੇਜ਼ਾਂ ਤੋਂ ਸੁਰੱਖਿਤ ਰੱਖ ਸਕਿਆ ਜਿਸ ਕਰਕੇ 1806 ਈਸਵੀ ਵਿੱਚ ਮਹਾਰਾਜਾ ਨੇ ਮਾਲਵਾ ਤੇ ਪਹਿਲੀ ਮੁਹਿੰਮ ਅਤੇ 1807 ਇਸਵੀ ਵਿੱਚ ਦੂਸਰੀ ਮੁਹਿੰਮ ਤਹਿਤ ਹਮਲਾ ਕੀਤਾ ਮਾਤੇ ਮਾਲਵਾ ਦੇ ਜੰਗੀਰਦਾਰਾਂ ਪਾਸੋਂ ਨਜ਼ਰਾਨੇ ਬਸੂਰ ਕੀਤੇ 1807 ਇਸਵੀ ਵਿੱਚ ਨੈਪੋਲੀਅਨ ਨੇ ਭਾਰਤ ਤੇ ਹਮਲੇ ਦੇ ਡਰ ਕਰਕੇ ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਮਿੱਤਰਤਾ ਕਰ ਲਈ 1807 ਇਸਵੀ ਵਿਚ ਮਾਲਵਾ ਮਾਲਵੇ ਦੀ ਤੀਸਰੀ ਮੁਹਮਤ ਤਹਿਤ ਮਹਾਰਾਜਾ ਨੇ ਸ਼ਾਸਕਾਂ ਪਾਸੋਂ ਨਜ਼ਰਾਨੇ ਬਸੂਰ ਕੀਤੇ ਮੈਟਕਾਫ ਮਿਸ਼ਨ ਨੈਪੋਲੀਅਨ ਦੇ ਹਮਲੇ ਦਾ ਡਰ ਜਿਟਾਲ ਜਾਣ ਤੋਂ ਬਾਅਦ 10 ਦਸੰਬਰ 1808 ਈਸਵੀ ਨੂੰ ਚਾਰਲਸ ਮੈਟਕਾਫ ਮਹਾਰਾਜਾ ਰਣਜੀਤ ਸਿੰਘ ਨੂੰ ਅੰਮ੍ਰਿਤਸਰ ਵਿਖੇ ਮਿਲਿਆ ਪਰ ਗੱਲਬਾਤ ਕਿਸੇ ਸਿਰੇ ਨਾ ਚੜ ਸਕੀ ਇਸ ਤੋਂ ਬਾਅਦ 1800 ਛੇ ਇਸਵੀ ਵਿੱਚ ਅੰਗਰੇਜ਼ਾਂ ਦੀ ਅੰਗਰੇਜ਼ਾਂ ਨੇ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਦੇ ਇਸ ਰਵੱਈਏ ਤੋਂ ਤੰਗ ਸੀ ਪਰ ਉਹਨਾਂ ਨੇ ਦੌੜ ਵੱਟ ਕੇ ਆਪਣੇ ਸਾਮਰਾਜ ਨੂੰ ਅੰਗਰੇਜ਼ੀ ਅੰਗਰੇਜ਼ਾਂ ਤੋਂ ਬਚਾਈ ਰੱਖਿਆ ਅੰਮ੍ਰਿਤਸਰ ਦੀ ਸੰਧੀ 1809 ਈਸਵੀ 25 ਦਸੰਬਰ 1809 ਈਸਵੀ ਦੀ ਅੰਮ੍ਰਿਤਸਰ ਦੀ ਸੰਧੀ ਵੀ ਅੰਗਰੇਜ਼ਾਂ ਲਈ ਹੀ ਲਾਭਦਕ ਸਾਬਤ ਸਿੱਧ ਹੋਈ ਮਹਾਰਾਜਾ ਰਣਜੀਤ ਸਿੰਘ ਨੂੰ ਸਵਰਦਾ ਕੌੜਾ ਕੁੱਟ ਪਰਨਾ ਪਿਆ ਮਹਾਰਾਜਾ ਰਣਜੀਤ ਸਿੰਘ ਦੇ ਸਿੱਖਾਂ ਸਿੱਖ ਸਾਮਰਾਜ ਦੇ ਬਾਦ ਦੇ ਦਾ ਸੁਪਨਾ ਟੁੱਟ ਗਿਆ ਇਸ ਸਾਰੇ ਦਾ ਲਾਭ ਅੰਗਰੇਜ਼ਾਂ ਨੂੰ ਹੋਇਆ ਪੜਾ ਦੂਜਾ ਪੜਾ 1809 ਤੋਂ 1839 ਇਸਵੀ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ درمیان ਸ਼ੱਕ ਦਾ ਸਮਾਂ 1809 ਤੋਂ 1812 ਇਸਵੀ ਤੱਕ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਤਣਾਉਪੂਰਨ ਮਾਹੌਲ ਬਣਿਆ ਰਿਹਾ ਸ਼ੱਕ ਦਾ ਆਧਾਰ ਇੱਕ ਦੂਜੇ ਦੀ ਜਸੂਸੀ ਹੁੰਦੀ ਰਹੀ 1801 12 ਤੋਂ 1821 ਤੱਕ ਮਹਾਰਾਜਾ ਅਤੇ ਅੰਗਰੇਜ਼ਾਂ ਦੇ ਆਪਸੀ ਸਬੰਧ ਸੁਖਾਵੇਂ ਰਹੇ ਪਰੰਤੂ ਮਹਾਰਾਜਾ ਰਣਜੀਤ ਸਿੰਘ ਨੇ ਬਦਨੀ ਪਿੰਡ ਦੇ ਝਗੜੇ ਕਰਕੇ ਆਪਣੀ ਸੱਸ ਦਾ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਸਬੰਧ ਫੇਰ ਵਿਗੜ ਗਏ 1824 ਤੋਂ 1830 ਈਸਵੀ ਦਰਮਿਆਨ ਲੁਧਿਆਣੇ ਡਾਕਟਰ ਮਰੇ ਦੀ ਥਾਂ ਕੈਪਟਨ ਬੇ ਬੇਡ ਦੇ ਆਉਣ ਦਾ ਫੇਰ ਸਬੰਧ ਸੁਖਾਮੀ ਹੋ ਗਈ ਸਿੰਦ ਦੇ ਵਪਾਰਕ ਅਤੇ ਪੰਘੋਲਕ ਮਾਮਲੇ ਕਰਕੇ 1831 ਈਸਵੀ ਵਿੱਚ ਅਤੇ ਸਕਾਰਪੁਰ ਦੇ ਇਲਾਕੇ 1837 ਈਸਵੀ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਕਾਰ ਕਾਫੀ ਮਤਭੇਦ ਰਹੇ 1835 ਈਸਵੀ ਵਿੱਚ ਅੰਗਰੇਜ਼ਾਂ ਨੇ ਫਿਰੋਜ਼ਪੁਰ ਵਰਗੇ ਮਹੱਤਮਪੂਰਨ ਇਲਾਕੇ ਤੇ ਕਬਜ਼ਾ ਕਰ ਲਿਆ ਪਰੰਤੂ ਮਹਾਰਾਜਾ ਰਣਜੀਤ ਸਿੰਘ ਕੁਝ ਵੀ ਨਾ ਬਚਾ ਸਕਿਆ ਤਰੇ ਪੱਖੀ ਸੰਧੀ ਰੂਸ ਨੇ ਰੂਸ ਦੇ ਏਸ਼ੀਆ ਵੱਲ ਵਧਣ ਦੇ ਖਾਤੇ ਕਰਕੇ ਅੰਗਰੇਜ਼ਾਂ ਨੇ ਅਫਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਖਾਨ ਅਤੇ ਇਸ ਤੋਂ ਬਾਅਦ ਦੇ ਸ਼ਾਸਕ ਸਾ ਸੁਜਾ ਨਾਲ ਦੋਸਤੀ ਕਰਕੇ ਤਿੰਨ ਪੱਖੀ ਗਰੁੱਪ ਅੰਗਰੇਜ਼ ਸਾ ਸੁਜਾ ਅਤੇ ਮਹਾਰਾਜਾ ਰਣਜੀਤ ਸਿੰਘ ਤਿਆਰ ਕੀਤਾ ਮਹਾਰਾਜਾ ਰਣਜੀਤ ਸਿੰਘ ਇਸ ਸੰਧੀ ਲਈ ਵੀ ਤਿਆਰ ਨਹੀਂ ਸੀ ਪ੍ਰੰਤੂ ਨਾ ਚਾਹੁੰਦੇ ਹੋਏ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਸੰਧੀ ਉੱਤੇ 26 ਜੂਨ 1838 ਨੂੰ ਦਸਤਕਤ ਕਰਨੇ ਪਏ ਅੰਗਰੇਜ਼ਾਂ ਦੀ ਸਿੱਖ ਰਾਜ ਪ੍ਰਤੀ ਦਬਾਊ ਨੀਤੀ ਨੂੰ ਸੈਨ ਕਰਦਿਆਂ 27 ਜੂਨ 1800 39 ਨੂੰ ਸਿੱਖ ਰਾਜ ਦੇ ਮਹਾਨ ਉਸਰੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਇਹ ਸੀ ਮਹੱਤਵਪੂਰਨ ਵੀਡੀਓ ਜਿਸ ਨੂੰ ਧਿਆਨ ਨਾਲ ਸੁਣ ਲਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਕਲਿੱਕ ਕਰ ਲਿਓ ਅੱਗੇ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰਿਓ ਲਾਈਕ ਕਰਿਓ ਧੰਨਵਾਦ